ਅਸਲਾਮੁਆਲੇਕਮ ਜੀ ਹਾਂਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੈ ਕਿ ਦੁਨੀਆ ਚਾਹੇ ਲੱਖ ਬੁਰਾ ਚਾਹੇ ਨਾ ਤੇ ਉਹੀ ਹੁੰਦਾ ਜਿਹੜਾ ਰੱਬ ਚਾਹਵੇ ਠੀਕ ਹੈ ਹੁਣਾ ਮੇਰੇ ਪਿੱਛੇ 베ਰੀ ਤੁਸੀਂ ਦੇਖ ਰਹੇ ਹੋ ਇਸ 베ਰੀ ਨਾ ਸਮਝ ਲੋ ਮੇਰੀ ਜ਼ਮੀਨ ਚ ਹੀ ਹੈ ਇਸ 베ਰੀ ਨੂੰ ਤਕਰੀਬਨ ਹੋ ਗਏ ਨੇ ਕੋ 15 ਤੋਂ 20 ਸਾਲ ਹੋ ਗਏ ਨੇ ਮੈਨੂੰ ਦੇਖਦੇ ਆ ਇਸ 베ਰੇ ਨੂੰ ਠੀਕ ਹੈ ਇਸ 베ਰੀ ਦੀਆਂ ਸ਼ਾਖਾਂ ਨਾਲ ਲੋਕ ਇਹ ਛੋਟੀ ਜੀ ਸੀ ਬੱਕਰੀਆਂ ਵਾਲੇ ਇੱਥੋਂ ਕੱਟਣਾ ਸ਼ੁਰੂ ਹੋਏ ਨੇ ਇੱਥੋਂ ਠੀਕ ਹੈ ਤਾਂ ਤੁਸੀਂ ਦੇਖ ਲਓ ਕਿੱਥੋਂ ਤੱਕ ਉਹ ਬੰਦੇ ਨੇ ਕੱਟ ਦਿੱਤੀ ਠੀਕ ਉੱਥੋਂ ਤੱਕ ਪਹੁੰਚ ਗਈ ਹੈ ਜਿੱਥੇ ਤੱਕ ਹੁਣ ਜਿਹੜਾ ਨਾ ਬੰਦਾ ਪਹੁੰਚ ਨਹੀਂ ਸਕਦਾ ਗੱਲ ਕਰਨ ਦਾ ਮਕਸਦ ਇਹ ਹੈ ਕਿ ਤੁਹਾਨੂੰ ਦੁਨੀਆ ਜਿੰਨੀ ਮਰਜ਼ੀ ਤੁਹਾਡੀ ਸ਼ਾਖਾਂ ਕੱਟਦੇ ਰਵੇ ਨਾ ਤੁਸੀਂ ਹੱਕ ਤੇ ਹੋ ਨਾ ਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਹੈ ਉਹ ਨਾ 베ਰੀ ਹੈ ਨਾ 베ਰੀ ਦੀ ਮਿਸਾਲ ਲੈ ਲਓ ਸਮਝ ਲਓ ਇਹ ਹੱਕ ਤੇ ਸੀ ਸਿੱਧੀ ਜਾ ਰਹੀ ਸੀ ਲੋਕ ਇਹਨੂੰ ਕੱਟ-ਕੱਟ ਕੇ ਨਾ ਇਹਨੂੰ ਮੋੜਨਾ ਚਾਹ ਰਹੇ ਸੀ ਲੇਕਿਨ ਸਰ ਉਹਦਾ ਜਿਹੜਾ ਨਾ ਉਹ ਫਿਰ ਵੀ ਉੱਚਾ ਹੀ ਹੈ ਆਪਣਾ ਸਾਰ ਜਿਹੜਾ ਹੈ ਨਾ ਉਹਦਾ ਫਿਰ ਵੀ ਉੱਚਾ ਹੀ ਹੈ ਤੇ ਤੁਸੀਂ ਲੋਕਾਂ ਦੀ ਗੱਲਾਂ ਤੇ ਨਾ ਜਾਇਆ ਕਰੋ ਆਪਣਾ ਆਪ ਸਵਾਰੋ ਹੱਕ ਤੇ ਰਹੋ ਤੁਹਾਨੂੰ ਦੁਨੀਆ ਦੀ ਕੋਈ ਟੈਨਸ਼ਨ ਨਹੀਂ ਹੈ ਭਾਵੇਂ ਸਾਰੀ ਦੁਨੀਆ ਤੋਂ ਰਾਲ ਕੇ ਤੁਹਾਡੀ ਲੱਤਾਂ ਵੱਢੇ ਨਾ ਤੇ ਰੱਬ ਨਾ ਨਾ ਚਾਵੇ ਤੁਸੀਂ ਵੱਢ ਨਹੀਂ ਸਕਦੇ ਆ